बड़ा पानी निकल रहा है इधरों। ਭਰਿਆ ਪਿਆ ਜੀ ਪੂਰਾ, ਨਹੀਂ ਅੰਦਰ ਨਹੀਂ ਆਉਂਦਾ। ਇਹ ਬਾਹਰ ਗਿਆ ਹੀ ਨਹੀਂ ਪਾਣੀ, ਹੈਨਾ ਬਾਹਰ ਗਿਆ ਹੀ ਨਹੀਂ ਇਹ ਪਾਣੀ, ਇਹ ਤਾਂ ਹੀ ਸਾਰਾ ਇੱਥੇ ਕਲੈਕਟ ਹੋ ਗਿਆ। ਬੁਰੇ ਹਾਲ, ਪਾਣੀ ਪੂਰਾ ਭਰਿਆ ਪਿਆ ਸੀ, ਗਾਹ ਪੈ ਗਿਆ। ਬਾਈ ਨੇ ਚੈੱਕ ਕੀਤਾ, ਕਹਿੰਦੇ ਇਹਦੀ ਪਾਈਪ ਉਤਰੀ ਹੋਈ ਸੀ, ਜਿਹੜੀ ਡਰੇਨੇਜ ਦੀ ਪਾਈਪ ਹੁੰਦੀ ਜਿਹੜੀ ਬਾਹਰ ਨੂੰ ਜਾਂਦੀ ਆ ਉਹ ਨਿਕਲੀ ਹੋਈ ਸੀ, ਜਿਹਦੇ ਕਰਕੇ ਪਾਣੀ ਡਰੇਨ ਨਹੀਂ ਹੋ ਰਿਹਾ ਸੀ, ਮਤਲਬ ਬਾਹਰ ਨਹੀਂ ਜਾ ਰਿਹਾ ਸੀ। ਇਹਦਾ ਟਾਈਮ 'ਤੇ ਪਤਾ ਚੱਲ ਗਿਆ, ਕਿਉਂਕਿ ਨੁਕਸਾਨ ਵੀ ਹੋ ਸਕਦਾ ਸੀ ਪਾਣੀ ਭਰਨ ਨਾਲ ਅੰਦਰ। ਇਹ ਡੱਬਾ ਪਾ ਕੇ ਦੇਖ ਰਹੇ ਨੇ ਪਾਣੀ ਹੁਣ। ਹੋ ਗਿਆ ਨਾ, ਹੁਣ ਤਾਂ ਨਹੀਂ ਨਿਕਲੂਗਾ ਇੱਥੋਂ ਪਾਣੀ? ਨਹੀਂ ਪੱਕਾ, ਨਹੀਂ ਮੈਂ ਦੁਬਾਰਾ ਬੁਲਾ ਲੈਣਾ ਤੁਹਾਨੂੰ। ਚਲੋ ਕਰਦੀਆਂ ਸਫਾਈਆਂ, ਬਹੁਤ ਜ਼ਿਆਦਾ ਗੰਦ ਪਾ ਜਾਂਦੇ ਨੇ ਯਾਰ। ਚੱਲ ਗਿਆ, ਪੂਰੀ ਡਸਟੀ ਡਸਟ ਕਰਤੀ ਸੀ ਇਹਨਾਂ ਨੇ ਇੱਥੇ, ਹੈਂ ਹਲੋ ਜੀ ਪਾਣੀ ਹੋਏਗਾ ਨਾ ਥੋੜ੍ਹਾ ਬਹੁਤਾ ਉੱਪਰ ਜਿਹੜੇ ਫਲੈਪਰ ਜਿਹਦੇ ਵਿੱਚ। ਚਲੋ ਦੋ ਮਿੰਟ ਹਲੇ ਚੱਲਣ ਦੋ ਇਹਨੂੰ, ਥੋੜ੍ਹੀ ਦੇਰ ਸੱਟ ਲੈਣ ਦੋ ਪਾਣੀ, ਜਿੰਨਾ ਕੁ ਸੱਟਦਾ ਹਲੇ। ਕਾਹਦੀ ਸਬਜ਼ੀ ਬਣਾਈ ਹੈ, ਇਹ ਸਮੈਲ ਕਾਹਦੀ ਆ ਰਹੀ ਹੈ, ਕਿੱਥੇ ਲਾਈਏ ਇਹਨਾਂ 'ਚ? ਸਿਉਂਕ ਲੱਗ ਗਈ ਇੱਥੇ, ਕਿੰਨੀ ਕੁ ਲੱਗੀ ਹੈ ਯਾਰ, ਬੜੀ ਸਮੈਲ ਚੱਲ ਰਹੀ ਹੈ ਇੱਥੋਂ ਇੱਕਦਮ। ਵਾਈਟ ਚਨੇ ਬਣਾਏ ਜੀ ਕਿਰਨੇ, ਕਿਹੜੇ ਦਾ, ਸਟੀਲ ਵਾਲੇ ਦਾ? ਫਿਰ ਟੁੱਟ ਗਈ ਆ ਕਿ ਨਿਕਲ ਗਈ ਹੈ ਪਤਾ ਨੀ, ਮੈਂ ਵੇਖਿਆ ਉਹ ਆਪਣੇ ਆਪ ਹੀ ਨਿਕਲ ਗਈ ਕਿਤੇ ਬਾਹਰ। ਉਹ ਆਨੰਦ ਵਰਤਨ ਵਾਲਾ ਹੈਗਾ, ਉਹਦੇ ਕੋਲ ਮੈਂ ਲੈ ਜਾਊਂਗਾ ਸ਼ਾਮ ਨੂੰ, ਹੈਨਾ ਮੈਨੂੰ ਦੇ ਦਿਓ ਢੱਕਣ ਦੇ ਦਿਓ। ਅੱਜ ਵੇਟ ਦੇਖਾਂ ਮੇਰਾ ਕਿੰਨਾ। ਵਾਹ ਜੀ ਵਾਹ, 87.20 ਹੋ ਗਿਆ ਮੇਰਾ, ਕਿੰਨਾ ਘਟਿਆ, 87.20 ਹੋ ਗਿਆ ਮੇਰਾ, ਮੇਰਾ 89.10 ਸੀ, 2 ਕਿਲੋ ਘਟਿਆ ਮੇਰਾ। ਇੰਨੇ ਘੱਟ ਗਿਆ, ਤੁਸੀਂ ਦਿਖਾਓ ਯਾਰ ਤੁਹਾਡੇ ਕਿੰਨਾ ਘਟੇ। ਤੁਹਾਡਾ ਵੱਧ ਗਿਆ, ਜੇ ਮਸ਼ੀਨ ਖਰਾਬ ਹੁੰਦੀ ਨਾ ਫਿਰ ਮੇਰਾ ਵੀ ਬਦਲਣਾ ਚਾਹੀਦਾ ਸੀ, ਤੁਹਾਡਾ ਵਧਿਆ। ਕਿੰਨਾ ਕਿੰਨਾ ਵਧਿਆ ਤੁਹਾਡਾ, 10 ਗ੍ਰਾਮ ਹਾਂ, ਇਹ ਹੈ ਡੇਲੀ 1 ਅੱਧੇ ਕਿਲੋ ਦਾ ਫਰਕ ਪੈ ਜਾਂਦਾ। ਆ ਕੀ ਚਾਵਲ ਡੱਬੇ ਖਾਲੀ ਹੋ ਗਏ, ਪਾਣੀ ਦੇਖਿਆ ਕਿੱਦਾਂ ਵਗਿਆ ਸੀ, ਜਦੋਂ ਦਾ ਲਿਆਂਦਾ ਨਾ ਇੱਕ ਵਾਰੀ ਵੀ ਡਰੇਨ ਨਹੀਂ ਹੋਇਆ ਸੀ, ਉਹਦਾ ਪਾਣੀ ਸਾਰਾ ਅੰਦਰ ਭਰ ਗਿਆ ਸੀ, ਕਿਉਂਕਿ ਮੈਂ ਚਲਾਇਆ ਬਹੁਤ ਘੱਟ ਹੈ, ਕਿਉਂਕਿ ਲੋਬੀ 'ਚ ਬੈਠੇ ਮੇਰੇ ਖਿਆਲ 'ਚ ਜਦੋਂ ਬੈਠਦੇ ਹਾਂ ਉਦੋਂ ਨੋਰਮਲ ਹੁੰਦਾ ਟੈਂਪਰੇਚਰ, ਹੈ ਨਾ ਸਵੇਰੇ ਜਾਂ ਸ਼ਾਮ ਨੂੰ ਹੀ ਬੈਠਦੇ ਲੋਬੀ 'ਚ ਵਿੱਚ, ਉਸ ਤੋਂ ਬਾਅਦ ਦਰਵਾਜ਼ੇ ਦਰੂਜੇ ਖੋਲ੍ਹ ਲੈਂਦੇ ਹਾਂ, ਮਤਲਬ ਠੀਕ ਹੋ ਜਾਂਦਾ ਸਿਸਟਮ, ਹੈ ਨਾ ਐਟਮੋਸਫੇਅਰ ਵਧੀਆ ਹੋ ਜਾਂਦਾ। ਅਤੇ ਉਸ ਦਿਨ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਪਾਣੀ ਚੋ ਰਿਹਾ ਸੀ, ਮੇਰੇ ਕੀ ਕਹਿੰਦੇ ਨੇ ਸਟੂਡੈਂਟਸ ਆਏ ਹੋਏ ਸਨ, ਸਟੂਡੈਂਟਸ ਨੇ ਕਿਹਾ ਵੀ ਸਰ ਬਾਹਰ ਪਾਣੀ ਨਿਕਲ ਰਿਹਾ, ਮੈਂ ਦੇਖਿਆ ਵੀ ਤਾਂ ਬਹੁਤ ਜ਼ਿਆਦਾ ਸੀ, ਫਿਰ ਮੈਂ ਬੰਦ ਕਰਤਾ, ਅਤੇ ਅੱਜ ਉਹ ਕਰਕੇ ਗਿਆ ਬਾਈ, ਬੰਦਾ ਵਧੀਆ ਸੀ ਯਾਰ, ਉਹ
ਬੰਦਾ ਸੀਰੀਅਸਲੀ ਕਿਉਂਕਿ ਸਰਵਿਸ ਉਹਨੇ ਵਧੀਆ ਦਿੱਤੀ ਪਹਿਲਾਂ ਜੋ ਕਰਕੇ ਗਿਆ ਸੀ ਉਹਨੇ ਕੁਛ ਨਹੀਂ ਪੈਸੇ ਪੂਸੇ ਨਹੀਂ ਲਿੱਤੇ ਦੁਬਾਰਾ ਨਾ ਹੀ ਉਹਨੇ ਮੰਗੇ ਨੇ ਆਰਾਮ ਨਾਲ ਆਇਆ ਉਹਨੇ ਪ੍ਰੋਪਰਲੀ ਲਗਾਇਆ ਮੈਨੂੰ ਲੱਗਦਾ ਪੂਰਾ ਘੰਟਾ ਲਗਾਇਆ ਠੀਕ ਕੀਤਾ ਅਤੇ ਚਲਾ ਗਿਆ ਹੁਣ ਵੀ ਉੱਤੋਂ ਇਹ ਵੀ ਕਹਿ ਕੇ ਕਹਿੰਦਾ ਜੇ ਹਲੇ ਵੀ ਕੋਈ ਪ੍ਰੋਬਲਮ ਆ ਜੀ ਤਾਂ ਸਰ ਦੱਸ ਦਿਓ ਮੈਂ ਕਰ ਜੂੰਗਾ ਵੈਸੇ ਨਹੀਂ ਆਉਣੀ ਚਾਹੀਦੀ ਕਿਉਂਕਿ ਜਿਸ ਤੱਕ ਮੈਨੂੰ ਲੱਗਦਾ ਨਾ ਬਾਹਰ ਜਿਹੜਾ ਇਹਨੇ ਡਰੇਨ ਦਾ ਹੋਲ ਕੀਤਾ ਹੋਇਆ ਸੀ ਨਾ ਡਰੇਨ ਕਰ ਉਹ ਥੋੜ੍ਹਾ ਜਿਹਾ ਐਵੇਂ ਸੀ ਉਹਨੇ ਫਿਰ ਤੋੜ ਕੇ ਥੋੜ੍ਹਾ ਉਹਨੂੰ ਐਵੇਂ ਨੂੰ ਕੀਤਾ ਪਾਣੀ ਤਾਂ ਹੀ ਬੈਕ ਆਉਂਦਾ ਸੀ ਹੋਲ ਤਾਂ ਵੈਸੇ ਉਹਦਾ ਹੀ ਸੀ ਚਲੋ ਇਹਨੇ ਵੀ ਆਪਣਾ ਗਲਤੀ ਮੰਨ ਗਿਆ ਇੰਨੀ ਵੱਡੀ ਗੱਲ ਹੁੰਦੀ ਕੋਈ ਨਹੀਂ ਮੰਨਦਾ ਅੱਜ ਚੱਪਲ ਪਾ ਲਾ ਹਾਂ ਮੈਂ ਵੀ ਨੰਗੇ ਫਿਰ ਘੁੰਮੀ ਜਾਂਦਾ ਚੌਲਾਂ ਵਾਲਾ ਡੱਬਾ ਹੋ ਗਿਆ ਜਮਾਂ ਹੀ ਖਾਲੀ ਅਤੇ ਹੁਣ ਪਿੰਡੋਂ ਲਿਆਉਣੇ ਚੌਲ ਕੇ ਇੱਥੋਂ ਲਿਆਉਣੇ ਇੱਥੋਂ ਹੀ ਚਲੋ ਜੀ ਲੈ ਕੇ ਆਉਂਦੇ ਹੈਂ ਜ਼ਿਬਾ ਜ਼ਿਬਾ ਕੇ ਵਿਬਾ ਜ਼ਿਬਾ ਦੇ ਰਾਈਸ ਲਿਆਵਾਂਗੇ ਜ਼ਿਬਾ ਬਾਸਮਤੀ ਹਾਂ ਵਿੰਡੋ ਖੋਲ ਦੋ ਸਮੈਲ ਨਿਕਲ ਜਾਵੇ ਉਹ ਪੂਰੀ ਚੱਕ ਦਿਓ ਆਹ ਚੱਕ ਦਿਓ ਪੂਰੀ ਹਾਂ ਸਫੀਸ਼ੀਐਂਟ ਮੈਂ ਹੋ ਗਿਆ ਸੀ ਜੀ ਗੇਮ ਦਾ ਲਗਾ ਕੇ ਪੂਰਾ ਸੈਟਅਪ ਜਿਹਾ ਕਿਰਨ ਨੇ ਬੋਲਿਆ ਨਹੀਂ ਮੂਵੀ ਦੇਖਣੀ ਹੈ ਕਹਿੰਦੇ ਕੋਈ ਸੋ ਮੂਵੀ ਦੇਖੀ ਇਹਨੂੰ ਕਰੀਏ ਸਵਿੱਚ ਔਫ ਚੱਲ ਜੀ ਹੋ ਜਾ ਗੇਮ ਸਵਿੱਚ ਔਫ ਵਾਹ ਜੀ ਵਾਹ ਕਲਰ ਬੜਾ ਘੈਂਟ ਲੱਗ ਰਿਹਾ ਖਾ ਕੇ ਵੇਖਾਂਗੇ ਖਾ ਕੇ ਇੰਜੋਏ ਕਰੋ ਖਾ ਲਿਆ ਫਿਰ ਵੇਖਣ ਲੱਗੀ ਰਹਿ ਜਾਣਾ ਇਹਦੇ 'ਚ ਆਪਾਂ ਗੇਮ ਬੰਦ ਕਰਤੀ ਸੀ ਅਤੇ ਆਹ ਕੋਈ ਵਾਲਮਾਈ ਹਿੰਦੀ ਮੂਵੀ ਹੈ ਇਹ Z5 ਦੇ ਉੱਪਰ ਅਸੀਂ ਦੇਖੀ ਜਾਂਦੇ ਹਾਂ ਨਾਲੇ ਰੋਟੀ ਖਾਈ ਜਾਂਦੇ ਹਾਂ ਮਤਲਬ ਚਾਵਲ ਖਾਈ ਜਾਂਦੇ ਹਾਂ ਅੱਜ ਮੈਂ ਹੱਥ ਨਾਲ ਟਰਾਈ ਕਰਕੇ ਦੇਖਾਂ ਖਾਣ ਦੀ ਨਹੀਂ ਇੱਦਾਂ ਖਾਓ ਦੇਖ ਲਓ ਖਾਦੀ ਨੀ ਜਾਂਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਕਰਨਾ ਸੀਰੀਅਸਲੀ ਬਹੁਤ ਜ਼ਿਆਦਾ ਲਾਜਵਾਬ ਇੱਕ ਫੂਡ ਚੈਨਲ ਵਾਲਾ ਹੈਗਾ ਨਾ ਬੜਾ ਕਰਦਾ ਇੰਦਾ ਵਾਹ ਭਾਈ ਵਾਹ ਸਹੀ ਗੱਲ ਲਾਜਵਾਬ ਕੈਨ ਬਹੁਤ ਬਹੁਤ ਟੇਸਟੀ ਬਣੀ ਹੈ ਤੁਸੀਂ ਵੀ ਹੱਥ ਨਾਲ ਖਾਓ ਅੱਜ ਚਲੋ ਖਾਣੀ ਓਕੇ ਫਿਰ ਪਤਾ ਨਹੀਂ ਘੱਟ ਲੱਗਾ ਤੁਹਾਨੂੰ ਨਹੀਂ ਨਮਕ ਘੈਂਟ ਹੈ ਖਾਓ ਖਾਓ ਹੱਥ ਨਾਲ ਮੈਂ ਇਕੱਲਾ ਕਿਉਂ ਲਬੇਣਾ ਹੱਥ ਵਾਹ ਜੀ ਵਾਹ ਵਾਹ ਜੀ ਵਾਹ ਪੂਰੇ ਸਾਉ ਮੈਨੂੰ ਹੱਥ ਨਾਲ ਖਾ ਲੈ ਆਂਦੇ ਨੇ ਮੈਨੂੰ ਮਤਲਬ ਇਦਾਂ ਕਰਕੇ ਨਾ ਹਾਂ ਤੁਸੀਂ ਜ਼ਿਆਦਾ ਕਰ ਲੈਂਦੇ ਮੇਰੇ ਹੱਥ ਲਿਬੜ ਜਾਂਦੇ ਤੁਸੀਂ ਫਰੰਟ ਫਰੰਟ ਹੱਥ ਦਿਖਾਓ ਅੱਛਾ ਤੁਸੀਂ ਇੰਨਾ ਇਦਾਂ ਹੀ ਖਾਣੀ ਹੈ ਮੈਂ ਆਹ ਦੇਖੋ ਮੈਂ ਕਿੰਨਾ ਲਿਬੜ ਲਿਆ ਤਾਂ ਸਾਰਾ ਚਲੋ ਖਾਓ ਚਲੋ ਜੀ ਹੁਣ ਖਾਣੇ ਆ ਸਬਜ਼ੀ ਵਾਕੇ ਬਹੁਤ ਟੇਸਟੀ ਵਾਕੇ ਬਹੁਤ ਟੇਸਟੀ ਬਣੀ ਹੈ ਨਾ ਸਬਜ਼ੀ ਥੈਂਕ ਯੂ ਫੋਰ ਮੇਕਿੰਗ ਸੋ ਡਿਲੀਸ਼ੀਅਸ ਡਿਸ਼ ਫਿਲਮ ਫੁਲਮ ਦੇ ਕੇ ਜੀ ਆਪਾਂ ਸੌ ਗਏ ਸੀ ਨੀਂਦ ਬੜੀ ਗੁੜੀ ਆਈ ਅਤੇ ਹੁਣ ਬਣਿਆ ਜੀ ਚਾਹ ਦਾ ਪ੍ਰੋਗਰਾਮ ਹੇ ਕੀ ਨੂੰ ਚਾਹ ਬਣਾਈ ਜਾਂਦੇ ਹੋ ਅੱਜ ਦੁੱਧ ਵਾਲੀ ਚਾਹ ਪੀਣੀ ਹੈ ਸੁੱਤੇ ਉੱਠ ਕੇ ਆ ਗਏ ਚਾਹ ਪੀ ਕੇ ਠੀਕ ਹੋਣੀ ਆ ਸਾਰੀ ਐਨਰਜੀ ਆਹੋ ਮੂਵੀ ਦੇਖ ਕੇ ਸੋ ਗਏ ਥੋੜੀ ਜਿਹੀ ਰਹਿ ਗਈ ਆ ਦੇਖੋ ਜੀ ਪੀਣੇ ਪੈਂਦੇ ਨੇ ਵੇਰਕੇ ਦੇ ਦੁੱਧ ਦੇ ਪੈਕਟ ਉਹ ਪਿੰਡ ਵਾਲੀ ਮੌਜ ਕਿੱਥੇ ਜੀ ਜਦੋਂ ਪੀਨੇ ਆ ਆਪਾਂ ਉੱਥੇ ਮੱਝਾਂ ਗਾਵਾਂ ਦੇ ਦੁੱਧ ਘਰ ਦਾ ਦੁੱਧ ਓਹੋ ਹੋ ਘਰ ਦਾ ਪਨੀਰ ਓਹੋ ਮੈਂ ਤੇ ਆਪਣੇ ਮੰਮੀ ਦੇ ਹੱਥ ਦਾ ਪਨੀਰ ਬੜਾ ਸਹੀ ਗੱਲ ਹੈ ਕਰਦੀ ਆ ਮੈਂ ਕਿਹਾ ਲੋਕਡਾਊਨ 'ਚ ਮੈਂ ਪਿੰਡ ਸੀ ਨਾ ਬੜਾ ਘਰ ਦਾ ਪਨੀਰ ਦੁੱਧ ਦਹੀਂ ਬੜਾ ਖਾਦਾ
दुध पानी पानी भी इतना मिलता मिलता है घरे सब्जियां लाइया हो आप तोरिया घीए पिठे पिंडी करेले सारिया सब्जियां हम पिंड बड़िया सब्जियां लग रही होनी इतने लैन जाओ सड़ी जी सब्जी होंगी है हाजी 70 रुपए किलो जी 50 रुपए किलो 60 रुपए किलो उत्थे फ्री दी मिलती ने तेरे चो भी मिलते ना पड़ोल पड़ोल जे किसी नु पड़ोल के बारे पता जरूर दस्यो है ना मेनू नहीं पता सी किरण लैके आए थे एक दिन अपने इलाके तो पड़ोल जो मैं फस्ट टाइम खाते मैं क्या हों की पड़ोल बड़ी वधिया सब्जी होंगी है जिमें भिंडिया भिंडिया भर के भिंडिया बन दया ने या तोरिया भर के बनदिया ने उदा बहुत ज्यादा टेस्टी होंगे ने पड़ोल जी कहते ट्राई करो पड़ोल गुरदासपुर एरिए जाओगे ना पूछे कहो पड़ोल की सब्जी खानी और गर्मियों होंगे ना गर्मिया के दिन अच्छी मिलते हैं सिर्फ इधर शायद कुछ होर कहते हो अपने इधर मालवे एरिए नाम मे भी कुछ होर हो पर मैं पता नहीं उधर पड़ोल कहते हैं चलो मैं टीवी चलाना जी रही खुदी फिल्म देख लीए ऐदा कौन करता चाह देखो जी चाह बना नवा तरीका अच्छा मैं अगे खड़ा थोड़े कपड़े दे इस करके ओहो चलो ठीक है बनाओ चाह बन गई बस तो मैं टीवी लगा लगा ठीक है चाह दा रंग लाल तेरे रंग नाल दा ए हटना नहीं फिर मूवी देखनी है गेम नहीं खेड़ देनी हम मतलब दोपहरे भी तुसी फिल्म देख ली मैं गेम नहीं खेड़ दी है डेढ़ घंटे की पई है थोड़ी जी देख के सो गए अखा वेखो थोड़िया कि लाल हुई ने पता नहीं कैमरे दिख रही ने कि नहीं दिख रही आलसी चलो जी चाह पी लो तो रस खाने मूवी देखते हैं।